काम अजय जा रही है, जिले बनेगा जनाब बड़ा खूबसूरत लगेगा, देख लो भाई और भाई है चलना नहीं दावत करता इंशाल्लाह। अगले साल यूके दे अंदर तो बड़े शौक ना लोग देसी गड्डी ते देसी बंदे फिर असि इस इलाके ठत्ती वाली साइड ते आए सी ते वधिया जिहा मैरिज हाल इत्थे बन रहा जनाब ते की ख्याल है तुहानू वी चेक कराने जी मैरिज हाल इत्थे दा है साड़ी गड्डी जा रही है जी जीटी रोड से ते वेख लो बड़िया गड्डिया इस साइड से जा रही है ते साड़ी देसी गड्डी इस साइड से जा रही है जी नवा मैरिज हाल तुहानू पता शादी होंदी है ते फिर लोग की कहंदे जी बाहर करनी है वधिया जिहा होवे अजे ते कम हो रहा है ते मैं तुहानू चेक कराने ਕੀ ਹੋ ਜਾ ਬਣ ਰਿਹਾ ਰਣ ਸਾਹਿਬ ਕਿਹੜੇ ਰਾਖੇ ਤੇ ਇਹ ਜਨਾਬ 37 ਦੇ ਰਕਵੇ ਚ ਬਣ ਰਿਹਾ 37 ਦੇ ਰਕਵੇ ਚ ਬਣ ਰਿਹਾ ਹਾਂਜੀ ਹਾਂਜੀ ਬਿਲਕੁਲ ਜੀ ਰਣ ਸਾਹਿਬ ਗੱਡੀ ਵੇਖ ਕੇ ਨੇ ਸਾਈਡ ਤੇ ਲਾਣੀ ਜੇ ਗੱਡੀ ਖੈਰ ਹੋ ਵੇਖ ਟ੍ਰੈਫਿਕ ਬੜੀ ਆ ਰਹੀ ਹੈ ਸਾਈਡ ਤੇ ਕੋਈ ਰੋਲਾ ਹੀ ਨਹੀਂ ਜਨਾਬ ਐ ਵੇਖ ਲਓ ਜੀ ਮੈਰਿਜ ਹਾਲ ਕਿੰਨਾ ਵਧੀਆ ਜਿਹਾ ਬਣ ਰਿਹਾ ਜਨਾਬ ਜੇ ਜਾ ਰਹੀ ਹੈ ਜ਼ਿਲ੍ਹੇ ਬਣੇਗਾ ਜਨਾਬ ਬੜਾ ਖੂਬਸੂਰਤ ਲੱਗੇਗਾ ਵੇਖ ਲਓ ਭਾਈ ਔਰ ਉੱਤੇ ਲੱਗੇ ਨੇ ਛੱਤ ਸਾਹਮਣੇ ਮਾਸ਼ਾਅੱਲਾ ਲਿਖਣ ਜੀ ਵਧੀਆ ਜਿਹਾ ਮੈਰਿਜ ਹਾਲ ਜਨਾਬ ਗੱਡੀ ਚਲਾਉਂਦੇ ਚਲਾਉਂਦੇ ਗੱਡੀ ਚਲਾਉਂਦੇ ਥੱਕਦੇ ਨਹੀਂ ਚੌਧਰੀ ਸਾਹਿਬ ਰਣ ਸਾਹਿਬ ਦੱਸ ਦਿਓ ਨਹੀਂ ਤੇ ਮੈਂ ਗੱਡੀ ਡਰਾਈਵਿੰਗ ਕਰ ਲੈਣਾ ਨਹੀਂ ਨਹੀਂ ਜਨਾਬ ਗੱਡੀ ਨਹੀਂ ਥੱਕਦੀ ਤੇ ਨਾ ਗੱਡੀ ਦਾ ਡਰਾਈਵਰ ਅੱਛਾ ਮੈਂ ਜੇ ਥੱਕ ਜਾਓ ਤੇ ਸਾਨੂੰ ਦੱਸ ਦਿਓ ਨਹੀਂ ਤੇ ਅਸੀਂ ਖੁਦ ਗੱਡੀ ਚਲਾ ਲੈਂਦੇ ਹਾਂ ਨਹੀਂ ਕੋਈ ਮਸਲਾ ਹੀ ਕੋਈ ਨਹੀਂ ਭਾਈ ਅੱਛਾ ਲਓ ਜੀ ਰਾਣਾ ਕਹਿੰਦੇ ਅਸੀਂ ਕੋਈ ਮਸਲਾ ਨਹੀਂ ਅਸੀਂ ਗੱਡੀ ਖੁਦ ਹੀ ਚਲਾ ਲਾਂਗੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਸਫ਼ਰ ਬੜਾ ਲੰਮਾ ਰਾਣਾ ਸਾਹਿਬ ਕੋਈ ਮਸਲਾ ਨਹੀਂ ਤਨਵੀਰ ਸੋਚ ਲਓ ਨਹੀਂ ਤਨਵੀਰ ਭਾਈ ਕੋਈ ਮਸਲਾ ਨਹੀਂ ਫਿਰ ਨਾ ਆਖਣਾ ਮੇਰੇ ਨਾਲ ਜਾਤੀ ਹੋਈ ਹੈ ਜਨਾਬ ਤੁਸੀਂ ਵੀ ਕਹਿਣਾ ਜੀ ਹਰ ਟਾਈਮ ਰਾਣਾ ਜੀ ਗੱਡੀ ਚਲਾਉਂਦੇ ਰਾਣਾ ਸਾਹਿਬ ਮੈਂ ਕਦੇ ਆਫਰ ਨਹੀਂ ਦਿੱਤੀ ਆਫਰ ਮੈਂ ਦਿੰਦਾ ਮੈਨੂੰ ਚਲਾਉਣ ਨਹੀਂ ਦਿੰਦੇ ਨਹੀਂ ਜੀ ਨਾ ਆਫਰ ਤਾਂ ਕਰ ਦਿਓ ਫਿਲਹਾਲ ਮੇਰਾ ਕੀ ਫਾਇਦਾ ਫਿਰ ਨਾਲ ਹੈ ਨਹੀਂ ਨਹੀਂ ਰਾਣਾ ਸਾਹਿਬ ਤੁਹਾਨੂੰ ਨਹੀਂ ਤਕਲੀਫ ਤਾਂ ਨਹੀਂ ਦੇਣੀ ਜੀਟੀ ਰੋਡ ਤੇ ਅਸੀਂ ਜਾ ਰਹੇ ਹਾਂ ਵੇਖ ਲਓ ਜੀ ਮਾਸ਼ਾਅੱਲਾ ਰੋਡ ਟ੍ਰੈਫਿਕ ਕਦੇ ਬਿਜ਼ੀ ਹੋ ਜਾਂਦੀ ਕਦੇ ਨਹੀਂ ਹੁੰਦੀ ਬਹੁਤ ਸਾਰੀ ਗੱਡੀ ਸਪੀਡ ਦੇ ਨਾਲ ਹੈ ਜੀ ਲਓ ਜੀ ਅਸੀਂ ਫਿਰ ਦੇ ਫਰਾਂਦੇ ਇੱਥੇ ਸ਼ਹਿਰ ਵਿੱਚ ਆ ਗਏ ਹਾਂ ਸਾਨੂੰ ਕੋਈ ਲੱਕੜੀ ਦੀਆਂ ਚੀਜ਼ਾਂ ਚਾਹੀਦੀਆਂ ਅਸੀਂ ਹੈਂਡੀਕ੍ਰਾਫਟ ਦੇ ਤੁਹਾਨੂੰ ਪਤਾ ਇੱਥੇ ਸ਼ਹਿਰ ਦੇ ਅੰਦਰ ਬਣਦੀਆਂ ਨੇ ਸਾਰੀਆਂ ਮੈਂ ਅਸੀਂ ਵੀ ਕੋਈ ਯੂਕੇ ਇੱਥੋਂ ਲੈ ਕੇ ਜਾਈਏ ਇੱਥੇ ਸਸਤੀਆਂ ਮਿਲਦੀਆਂ ਨੇ ਯੂਕੇ ਤਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਮੈਂ ਚਲੋ ਇੱਥੇ ਬਣਦੀਆਂ ਨੇ ਫਿਰ ਕੋਈ ਫਾਇਦਾ ਤਾਂ ਉਠਾਈਏ ਨਾ ਹੈ ਵੀ ਭਾਈ ਜਾਣੇ ਨਾਲ ਡਿਸਕਾਊਂਟ ਮਿਸਕਾਊਂਟ ਵੀ ਸਾਰਾ ਮਿਲ ਰਿਹਾ ਕਿੰਨੀ ਸੋਹਣੀ ਜੀ ਪਈ ਹੈ ਬੜੀ ਵਧੀਆ ਜੀ ਅਸੀਂ ਸ਼ਾਪਿੰਗ ਕਰਨ ਲੱਗੇ ਅੰਦਰ ਤੇ ਤੁਹਾਨੂੰ ਪਤਾ ਇੱਥੇ ਫਿਰ ਚੀਜ਼ਾਂ ਸੋਹਣੀਆਂ ਸੋਹਣੀਆਂ ਤਾਂ ਮਿਲਦੀਆਂ ਹੀ ਨੇ ਵੇਖੋ ਕਿੰਨੇ ਜ਼ਬਰਦਸਤ ਲੱਗੇ ਨੇ ਲੱਕੜੀ ਦੇ ਆਈਟਮ ਦੇ ਤੁਹਾਨੂੰ ਪਤਾ ਫਿਰ ਬੇਤਾਸ਼ਾ ਅਤੇ ਇੱਥੋਂ ਮਿਲ ਜਾਂਦੇ ਨੇ ਜ਼ਰਾ ਸਸਤੇ ਕਿਧਰੇ ਤੁਸੀਂ ਬਾਹਰੋਂ ਲਓਗੇ ਤਾਂ ਬੜੇ ਮਹਿੰਗੇ ਮਹਿੰਗੇ ਮਿਲ ਜਾਣਗੇ ਵੇਖ ਲਓ ਕਿੰਨੀ ਜ਼ਬਰਦਸਤ ਕਢਾਈ ਹੋਈ ਹੈ ਇਹਦੇ 'ਤੇ ਕੰਮ ਹੋਇਆ ਇਹ ਚੀਜ਼ਾਂ ਤੁਹਾਨੂੰ ਪਤਾ ਯੂਕੇ ਜਾਂਦੀਆਂ ਨੇ ਹਾਟ ਪਾਟ ਇਸਤੇਮਾਲ ਕਰੋ ਜੋ ਮਰਜ਼ੀ ਪਾ ਲਓ ਹੈ ਜੀ ਹਾਟ ਪਾਟ ਇਹ ਤਾਂ ਅੱਜ ਕੱਲ੍ਹ ਬੜਾ ਚੱਲ ਰਿਹਾ ਸਾਰੇ ਲੋਕ ਲਿਜਾਉਂਦੇ ਨੇ ਅਤੇ ਕੰਮ ਵੇਖੋ ਕਿੰਨੀ ਵਾਰੀ ਕਿਹਦਾ ਹੋਇਆ ਇੱਥੇ ਸਾਰਾ ਡਿਫਰੈਂਟ ਸ਼ਕਲਾਂ ਦੇ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਹਰ ਇੱਕ ਚੀਜ਼ ਅਤੇ ਕੁਰਸੀ ਵੇਖ ਲਓ ਸਟੂਲ ਪਿਆ ਕਿੰਨਾ ਵਧੀਆ ਜਿਹਾ ਅਤੇ ਇਹ ਵੀ ਬੜਾ ਵਧੀਆ ਜਿਹਾ ਆਈਟਮ ਹੈ ਅਤੇ ਇਹ ਟੇਬਲ ਨੇ ਇਹ ਤੁਸੀਂ ਯੂਕੇ ਲਓਗੇ ਤੁਹਾਨੂੰ ਬੜਾ ਮਹਿੰਗਾ ਮਿਲੇਗਾ ਅਗਰ ਤੁਸੀਂ ਇੱਥੋਂ ਨਹੀਂ ਜਾਓਗੇ ਤਾਂ ਬੜਾ ਸਸਤਾ ਜਿਹਾ ਮਿਲ ਜਾਏਗਾ ਤੁਹਾਨੂੰ ਵਧੀਆ ਵਧੀਆ ਅਤੇ ਸਭ ਪੈਕਿੰਗ ਨੇ ਜੂਲਰੀ ਬੋਕਸ ਹੋ ਗਏ ਉਹ ਵੀ ਬੜੇ ਵਧੀਆ ਜਿਹੇ ਤੁਹਾਨੂੰ ਮਿਲ ਜਾਣਗੇ ਇੱਥੇ ਕੁਰਾਨ ਦੀ ਰੇਲਾਂ ਹੋ ਗਈਆਂ ਕਢਾਈ ਹੋਈ ਨਾ ਅਤੇ ਜੂਲਰੀ ਬੋਕਸ ਤੁਹਾਨੂੰ ਵਿਖਾਉਂਦੇ ਹਾਂ ਜੀ ਵਧੀਆ ਜੇ ਵੇਖ ਲਓ ਹਰ ਇੱਕ ਚੀਜ਼ ਜ਼ਬਰਦਸਤ ਹੀ ਦੁਕਾਨ 'ਤੇ ਮਿਲਦੀ ਹੈ ਇਹ ਦੇਖੋ ਆ ਵੇਖ ਲਓ ਜੀ ਇਹਦੇ ਚੀਜ਼ਾਂ ਪਾਓ ਜੋ ਮਰਜ਼ੀ ਪਾਓ ਤੁਸੀਂ ਆ ਵੇਖ ਲਓ ਇਹ ਟੇਬਲ ਹੈ ਸਟੂਲ ਹੈ ਟੇਬਲ ਟੇਬਲ ਤੇ ਇਹਦੀ ਕੀ ਕੀਮਤ ਹੈ ਜਨਾਬ ਇਹ 5000 ਰੁਪਏ ਦਾ ਸੈਟ ਪੂਰਾ ਸੈਟ ਇਹਦੇ ਵਿੱਚ ਕਿੰਨੇ ਪੀਸ ਆਉਂਦੇ ਨੇ ਇਸ ਵਿੱਚ ਇੱਕ ਟੇਬਲ ਹੈ ਇੱਕ ਉਮਰੇ ਖਿਆਮ ਹੈ ਅੱਛਾ 5000 ਰੁਪਏ ਦਾ 5000 ਰੁਪਏ ਦਾ ਤੇ ਇਹ ਵੀ ਇਹਦੇ ਨਾਲ ਹੀ ਹੈ ਇਹ ਵੀ ਇਹਦੇ ਨਾਲ ਦਾ ਹੀ ਅੱਛਾ ਇਹ ਟੇਬਲ ਵੀ ਨਾਲ ਆਏਗਾ ਤੇ ਇਹ ਪੀਸ ਵੀ ਤੇ ਪੂਰਾ 5000 ਦਾ ਤੇ ਕਾਫੀ ਸਸਤਾ ਜਨਾਬ ਚੀਜ਼ਾਂ ਇੱਥੇ ਬਣੀਆਂ ਨੇ ਕੋਈ ਜੂਲਰੀ ਬਾਕਸ ਆ ਕੋਈ ਵਧੀਆ ਜਿਹਾ ਇਹ ਦੇਖੋ ਜਨਾਬ ਇਹ ਜੀ ਜੂਲਰੀ ਬਾਕਸ
ਤੁਸੀਂ ਵੇਖੇ ਹੋਣੇ ਬੜੇ ਪਰ ਸਾਡੇ ਕੋਲ ਬਣਦੇ ਇੱਥੇ ਨੇ ਤੇ ਮਾਸ਼ਾਅੱਲਾ ਬੜੀ ਮਿਹਨਤ ਦਾ ਕੰਮ ਹੁੰਦਾ ਇਹਦੇ ਤੇ ਇਹ ਵੇਖੋ ਨਾ ਜੀ 3 ਪੀਸ ਆ ਜੀ ਜੋ ਮਰਜ਼ੀ ਪਾਓ ਤੁਸੀਂ ਇਹ ਤਕਰੀਬਨ ਕਿੰਨੀ ਕੀਮਤ ਆ ਕੇ 500 ਰੁਪਏ ਦਾ 500 ਬੜਾ ਸਸਤਾ ਜਨਾਬ 500 ਰੁਪਏ ਦਾ ਵੇਖ ਲਓ ਅਗਰ ਕੋਈ ਬੰਦਾ ਹੋਲਸੇਲ ਲੈਣਾ ਚਾਹੇ ਤਾਂ ਉਹ ਵੀ ਮਿਲ ਜਾਏਗਾ ਤੁਹਾਡੇ ਕੋਲ ਹੋਲਸੇਲ ਜ਼ਿਆਦਾ ਪੀਸ ਲੋਗੇ ਤਾਂ ਸਸਤੇ ਮਿਲਣਗੇ ਸਸਤੇ ਮਿਲਣਗੇ ਇੱਕ ਇੱਕ ਲੋਗੇ ਤਾਂ ਥੋੜਾ ਮਹਿੰਗਾ ਮਿਲੇਗਾ ਫਿਰ ਵੀ ਸਸਤਾ ਵੱਡੇ ਸ਼ਹਿਰਾਂ ਨਾਲੋਂ ਕਿਉਂਕਿ ਪੂਰਾ ਪੂਰਾ ਸਪਲਾਈ ਜੀ ਸਿਲਾਣੀ ਤੋਂ ਹੁੰਦਾ ਹੈ ਪੀੜੇ ਵੀ ਤੁਸੀਂ ਆਰਡਰ ਤੇ ਬਣਵਾ ਕੇ ਦੇ ਸਕਦੇ ਹੋ ਆਰਡਰ ਤੇ ਵੀ ਬਣਦੇ ਨੇ ਜੀ ਠੀਕ ਹੈ ਜੀ ਕੋ ਮੁਕੰਮਲ ਵੀ ਤਿਆਰ ਪਏ ਹੁੰਦੇ ਨੇ ਸਾਡੇ ਕੋਲ ਅੱਛਾ ਹਾਂਜੀ ਤੇ ਅਗਰ ਕੋਈ ਬਣਵਾਉਣਾ ਚਾਹੇ ਆਰਡਰ ਤੇ ਉਹ ਤੁਹਾਨੂੰ ਆਰਡਰ ਕਰੇ ਆਰਡਰ ਕਰਨਾ ਜਿਸ ਕਿਸਮ ਦਾ ਮਰਜ਼ੀ ਬਣਵਾ ਕਿਸਮ ਦਾ ਮਰਜ਼ੀ ਦਾ ਬਣਾ ਲਓ ਲੇਕਿਨ ਟਾਈਮ ਥੋੜਾ ਜਿਹਾ ਦੇਣਾ ਪਏਗਾ ਸਾਨੂੰ ਫਿਰ ਟਾਈਮ ਦੇ ਮੁਤਾਬਿਕ ਬਣਾ ਬਿਲਕੁਲ ਤਕਰੀਬਨ ਕੀ ਕੀਮਤ ਹੈ ਅਗਰ 16000 ਰੁਪਏ ਦਾ ਜੋੜਾ ਹੈ 16000 ਦਾ ਜੋੜਾ ਆ ਵੇਖੋ ਜੀ ਕਿੰਨੀ ਮਿਹਨਤ ਹੋਈ ਹੈ ਤੇ ਸਿਰਫ 16000 ਦਾ ਜੋੜਾ ਹੈ ਇਹਨੇ ਆ ਕਿਹੜੀ ਚੀਜ਼ ਹੈ ਇਹ ਕੈਂਡੀ ਯਾਰ ਹੈ ਜੀ ਠੀਕ ਹੈ ਲੇਡੀਜ਼ ਦੇ ਇਸਤੇਮਾਲ ਵਾਸਤੇ ਬਣੇ ਹੋਏ ਨੇ ਅੱਛਾ ਹਾਂਜੀ ਇਹ ਵੇਖੋ ਮੈਂ ਤੁਹਾਨੂੰ ਖੋਲ ਕੇ ਵਿਖਾਉਂਦਾ ਖੋਲ ਕੇ ਵਿਖਾਓ ਜਨਾਬ ਇਹ ਵੇਖੋ ਇਹ ਕੈਂਡੀ ਹੈ ਜੀ 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 ਠੀਕ ਹੈ ਇਹ ਉੱਤੇ ਦਾ ਟੱਕਣ ਆ ਗਿਆ ਉੱਤੇ ਦਾ ਟੱਕਣ ਆ ਗਿਆ ਤੇ ਵੇਖ ਲਓ ਜੀ ਕਿੰਨਾ ਕੰਮ ਹੋਇਆ ਹਾਂਜੀ ਤੇ ਕੀ ਕੀਮਤ ਹੈ ਇਹਦੀ 600 ਰੁਪਏ ਦਾ ਸਿਰਫ 600 ਰੁਪਏ ਦਾ ਬੜਾ ਸਸਤਾ ਹੈ ਜਨਾਬ ਵੇਖ ਲਓ ਜੀ ਸਿਰਫ 600 ਰੁਪਏ ਦਾ ਇਹ ਤਾਂ ਸਸਤਾ ਹੈ ਕਿਉਂਕਿ ਇਹ ਸਿਲਾ ਨਹੀਂ ਮਿਲ ਰਿਹਾ ਬਿਲਕੁਲ ਅਗਰ ਵੱਡੇ ਸ਼ਹਿਰਾਂ 'ਚ ਹੋਏਗਾ ਤੇ ਡਬਲ ਪ੍ਰਾਈਸ ਹੋਏਗੀ 1200 ਰੁਪਏ ਦਾ ਹੋਏਗਾ ਬਿਲਕੁਲ ਜਾਣੀਆਂ ਮੈਂ ਤੁਹਾਡੇ ਨਾਲ ਵੀ ਕੀਮਤ ਸ਼ੇਅਰ ਕਰ ਦਈਏ ਤੇ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜਿਹੜੇ ਚੀਜ਼ਾਂ ਤੁਸੀਂ ਵੱਡੇ ਸ਼ਹਿਰਾਂ 'ਚ ਲੈਂਦੇ ਹੋ ਤੇ ਸਿਲਾ ਲਈ ਇਹ ਚੀਜ਼ਾਂ ਬਣਦੀਆਂ ਨੇ ਜਗ੍ਹਾ ਜਗ੍ਹਾ ਤੇ ਛੋਟੀਆਂ ਛੋਟੀਆਂ ਫੈਕਟਰੀਆਂ ਨੇ ਘਰ ਦੇ ਅੰਦਰ ਤੇ ਬੜੀ ਮਿਕਦਾਰ ਦੇ ਜਿੱਥੇ ਜਾਓਗੇ ਤੁਹਾਨੂੰ ਕੋਈ ਨਾ ਕੋਈ ਹੈਂਡੀਕ੍ਰਾਫਟ ਦੀ ਚੀਜ਼ ਬਣਦੀ ਹੋਈ ਮਿਲੇਗੀ ਤੇ ਮਾਸ਼ਾਅੱਲਾ ਅਸੀਂ ਆਏ ਇਹਨਾਂ ਕੋਲ ਅੱਗੇ ਵੀ ਲਿਜਾਂਦੇ ਰਹੇ ਆ ਚੀਜ਼ਾਂ ਪਿਛਲੀ ਦਫਾ ਮੈਂ ਆਇਆ ਸੀ ਇੱਥੇ ਇਹਨਾਂ ਕੋਲ ਕਾਫੀ ਚੀਜ਼ਾਂ ਲੈ ਕੇ ਗਿਆ ਸੀ ਤੇ ਹੁਣ ਵੀ ਮੈਂ ਆ ਸ਼ਾਪਿੰਗ ਤੇ ਇੱਥੇ ਹੀ ਕਰਨੀ ਹੈ ਮਾਸ਼ਾਅੱਲਾ ਵੇਖ ਲਓ ਬੜੇ ਚੀਪ ਬੜਾ ਡਿਸਕਾਊਂਟ ਵੀ ਦਿੰਦੇ ਨੇ ਸਾਨੂੰ ਨਹੀਂ ਜੀ ਮਾਸ਼ਾਅੱਲਾ ਜੀ ਜਿਹੜੀ ਚੀਜ਼ ਦੀ ਕੀਮਤ ਹੈ ਉਹ ਤੇ ਦੇਣੀ ਪੈਂਦੀ ਹੈ ਜੀ ਬੜੀ ਵਧੀਆ ਜੀ ਕਿਉਂਕਿ ਇੱਥੇ ਕਾਫੀ ਸਸਤੀ ਮਿਲ ਜਾਂਦੀ ਅਸੀਂ ਆਰਗੂਮੈਂਟ ਨਹੀਂ ਕਰਦੇ ਜਿਹੜੀ ਪ੍ਰਾਈਸ ਕਹਿੰਦੇ ਅਸੀਂ ਦੇ ਦਿੰਦੇ ਸਾਨੂੰ ਪਤਾ ਵੱਡੇ ਸ਼ਹਿਰੀ ਬੜੀਆਂ ਦੇਖੋ ਇਹ ਦੀਵਾਰ ਤੇ ਲੱਗੀਆਂ ਨੇ ਕਿੰਨੀਆਂ ਵਧੀਆ ਜੀ ਚੀਜ਼ਾਂ ਇਹ ਕੁਰਾਨ ਪਾਕ ਵਾਸਤੇ ਬਣਿਆ ਜ਼ਬਰਦਸਤ ਡਿਜ਼ਾਈਨ ਹੈ ਇਹ ਤੁਹਾਨੂੰ ਡਿਫਰੈਂਟ ਕਲਰਾਂ 'ਚ ਵੀ ਮਿਲ ਸਕਦਾ ਇੱਥੇ ਫੁੱਲ ਦੁਕਾਨ ਹੈ ਜੀ ਹਰ ਇੱਕ ਚੀਜ਼ ਵਾਰ ਇੱਥੇ ਬਣੀ ਹੈ ਬਹੁਤ ਹੀ ਸਸਤੀ ਅਤੇ ਬਹੁਤ ਹੀ ਮਿਆਰੀ ਚੀਜ਼ ਹੈ ਇਹਨਾਂ ਦੇਖ ਲਓ ਤੁਹਾਨੂੰ ਵਿਖਾਇਆ ਸੀ ਹਾਟ ਪਾਟ ਤੇ ਯੂਕੇ ਦੇ ਅੰਦਰ ਤਾਂ ਬੜੇ ਸ਼ੌਕ ਨਾਲ ਲੋਕ ਪਸੰਦ ਕਰਦੇ ਨੇ ਆਉਂਦੇ ਨੇ ਗਰਮ ਗਰਮ ਰੋਟੀਆਂ ਅਸੀਂ ਪਾਈਏ ਦੇ ਅੰਦਰ ਤੇ ਭਾਵੇਂ ਇੱਧਰ ਬਾਰਬੀਕਿਊ ਬਣਾ ਕੇ ਪਾਈਏ ਤੇ ਮਾਸ਼ਾਅੱਲਾ ਗਰਮ ਰਹਿੰਦਾ ਤੇ ਮਿਹਨਤ ਬਹੁਤ ਹੀ ਜ਼ਿਆਦਾ ਹੋਈ ਹੈ ਇਹਦੇ 'ਤੇ ਅਤੇ ਤਕਰੀਬਨ ਇਹ ਬਹੁਤ ਹੀ ਤੁਹਾਨੂੰ ਸਸਤਾ ਮਿਲੇਗਾ ਉਹ ਵੀ ਸਿਰਫ ਸਿਲਾਲੀ ਦੇ ਅੰਦਰ ਬੜੇ ਸ਼ਹਿਰ ਬੜਾ ਮਹਿੰਗਾ ਮਿਲਦਾ ਤੁਸੀਂ ਲਾਜ਼ਮੀ ਆਓ ਭਾਈਆਂ ਕੋਲੋਂ ਅਸੀਂ ਨੰਬਰ ਲਿਆਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਈ ਤੁਸੀਂ ਚੀਜ਼ਾਂ ਆਰਾਮ ਨਾਲ ਸਾਡਾ ਬਕਸਾ ਸ਼ਹੀਦ ਹੋ ਗਿਆ ਸੀ ਜਿਹਨਾਂ ਨੂੰ ਆਉਂਦੇ ਆਉਂਦੇ ਏਅਰਪੋਰਟ 'ਤੇ ਉਹਨਾਂ ਫਾੜ ਦਿੱਤਾ ਸੀ ਸਾਰਾ ਤਾਂ ਅਸੀਂ ਸਿਲਾਲੀ ਆਏ ਸੀ ਮੈਂ ਚਲੋ ਇੱਥੋਂ ਤਰੋਪੇ ਲਵਾ ਲੈਂਦੇ ਹਾਂ ਕੀ ਫਾਇਦਾ ਅਸੀਂ ਨਵਾਂ ਪਿਆ ਜਨਾਬ ਫਟਿਆ ਹੋਇਆ ਅਤੇ ਭਾਈ ਉਹਨਾਂ ਨੂੰ ਅਸੀਂ ਸਿਲਾਈ ਕਰਨ ਵਾਸਤੇ ਦੇ ਦੇਵਾਂਗੇ ਹਾਂ ਅਤੇ ਮਾਸ਼ਾਅੱਲਾ ਕੰਮ ਇੱਥੇ ਵਧੀਆ ਹੀ ਕਰਦੇ ਨੇ ਹੁੰਦੇ ਸਿਲਾਲੀ ਭਾਈ ਜੀ ਫਿਰ ਸੁਬਾਹ ਲੈ ਲਾਂਗੇ ਅਸੀਂ ਸੁਬਾਹ ਲੈ ਲੈ ਠੀਕ ਹੈ ਜਨਾਬ ਤੁਸੀਂ ਕਰੋ ਕੰਮ ਸ਼ਾਮ ਤੇ ਅਸੀਂ ਸੁਬਾਹ ਤੁਹਾਡੇ ਕੋਲ ਕਲੈਕਟ ਕਰ ਲਾਂਗੇ ਇਹ ਬਕਸਾ ਪਿਆ ਜੀ ਅਤੇ ਭਾਈ ਉਹਨਾਂ ਕਹਿੰਦੇ ਜੀ ਸੁਬਾਹ ਲੈ ਲੈਣਾ ਅਤੇ ਵਧੀਆ ਜਿਹਾ ਹੋ ਜਾਏ ਫਰੂਟ ਵੀ ਵੇਚ ਰਹੇ ਨੇ ਭਾਈ ਹੋਰ ਬੜਾ ਵਧੀਆ ਜਿਹਾ ਚਲੀਏ ਰਾਣਾ ਸਾਹਿਬ ਚਲੋ ਜੀ ਗੱਡੀ ਕੱਢ ਲਓ ਫਿਰ ਚਲੀਏ ਹੁਣ ਆਓ ਜੀ ਅਸੀਂ ਹੁਣ ਚੱਲੇ ਹਾਂ ਘਰ ਅਤੇ ਸੁਬਾਹ ਫਿਰ ਅਸੀਂ ਆਪਣਾ ਬਕਸਾ ਲੈ ਕੇ ਜਾਵਾਂਗੇ ਭਾਈ ਮੁਜ਼ੱਫਰ ਨੇ ਘਰ ਅਸੀਂ ਆਏ ਜੀ ਸਾਰੇ ਦਾਵਤ ਖਾਣ ਹਾਂਜੀ ਸਾਰੇ ਕਜ਼ਨਾਂ 'ਚ ਬੈਠੇ ਹਾਂ ਮਾਸ਼ਾਅੱਲਾ ਪੂਰਾ ਸਾਰਾ ਜੀ ਕੁੰਬਾ ਬੈਠੇ ਹਾਂ ਲਿਓ ਜੀ ਲਿਓ ਪਲੇਟਾਂ ਵੀ ਆ ਗਈਆਂ ਚਾਵਲ ਰੋਟੀ ਸਭ ਕੁਝ ਹਾਂ ਜੀ ਭਾਈ ਮੁਜ਼ੱਫਰ ਅੱਜ ਦਾਵਤ ਦਿੱਤੀ ਹੈ ਜੀ ਸਾਰਣੀ ਸਾਰਿਆਂ ਨੇ ਹਾਂ ਜੀ ਸ਼ੁਕਰੀਆ ਜੀ ਜਿਹੜੇ ਭਾਈ ਆਏ ਅੱਲਾਹ ਤਾਲਾ ਜੀ ਜਾਇ ਖੈਰ ਦੇ ਸ਼ੁਕਰੀਆ ਤੁਹਾਨੂੰ ਜੀ ਰੌਣਕ ਮੇਲਾ ਲੱਗਿਆ ਤਾਂ ਕੋਈ ਜੀ ਤੁਹਾਨੂੰ ਬੁਲਾਇਆ ਸਾਰਿਆਂ ਨੇ ਸ਼ੁਕਰੀਆ ਜੀ ਅੱਲਾਹ ਤਾਲਾ
ਬਾਕੀ ਭਾਈ ਵੀ ਅੱਛਾ ਨਾ ਨਹੀਂ ਦਾਵਤ ਕਰਸਾ ਇਨਸ਼ਾਅੱਲਾ ਅਗਲੇ ਸਾਲ ਮੋਸਟ ਵੈਲਕਮ ਹੈ ਜੀ ਅੱਛਾ ਹਾਂਜੀ ਦਾਵਤ ਵਨ ਜ਼ਫਰ ਨਹੀਂ ਤਰਫੋਂ ਜਿਹੜਾ ਹੈ ਇਨਸ਼ਾਅੱਲਾ ਸਾਰੇ ਨਹੀਂ ਤਰਫੋਂ ਹੈ ਜੀ ਤੁਸੀਂ ਸਾਰੇ ਨਹੀਂ ਤਰਫੋਂ ਆਇਓ ਤੇ ਰੌਣਕ ਲੱਗੀ ਆ ਨਾ ਅੱਜ ਨਾ ਕਿਧਰ ਰੌਣਕ ਲੱਗਿਆ ਬਿਲਕੁਲ ਜੀ ਆ ਨਿੱਕਾ ਜੀ ਆ ਨਿੱਕਾ ਤੱਕੋ ਜੀ ਹਾਂ ਭਾਈ ਆਲਰਾਈਟ ਇੰਜੋਇੰਗ ਯੋਰਸੈਲਫ ਲੁੱਕ ਅਪ ਦੇਰ ਸਰਗੋਦਾ ਰੋਟੀ ਖਾਣ ਲੱਗਿਆ ਜੀ ਖੁਸ਼ ਰੱਖੇ ਖਾਣਾ ਛਾਣਾ ਅਸੀਂ ਖਾ ਰਹੇ ਹਾਂ ਵੇਖ ਲਓ ਜੀ ਸਾਡੀ ਫੈਮਿਲੀ ਬੜੇ ਅਰਸੇ ਬਾਅਦ ਫਿਰ ਇਕੱਠੀ ਹੋਈ ਹੈ ਉਹੀ ਭਾਈ ਮੁਜ਼ੱਫਰ ਦੀ ਮਿਹਰਬਾਨੀ ਇਹਨਾਂ ਬੁਲਾਇਆ ਦਾਵਤ ਦਿੱਤੀ ਹੈ ਸਾਰਿਆਂ ਨੂੰ ਅਤੇ ਸਾਰੇ ਅਸੀਂ ਕਜ਼ਨ ਚਾਚੇ ਸਾਰੇ ਬਹਿ ਕੇ ਇਕੱਠੇ ਅੱਜ ਸ਼ਾਮ ਦਾ ਖਾਣਾ ਪਾਣੀ ਸੋਹਣੀਆਂ ਪੰਜ ਕੁ ਗਾਜਰਾਂ ਦਿਓ ਪੰਜ ਗਾਜਰਾਂ ਦਿਓ ਦਿਓ ਜੀ ਸੋਹਣੀਆਂ ਸੋਹਣੀਆਂ ਬਸ ਮਾਸ਼ਾਅੱਲਾ ਜੀ ਖਾਣੀ ਇਹਨਾਂ ਹੁਣ ਪਾਕਿਸਤਾਨ ਆਇਆ ਗਾਜਰ ਤਾਂ ਖਾਣੀ ਬਣਦੀ ਹੈ ਜਨਾਬ ਸਿਹਤ ਵਾਸਤੇ ਵੀ ਅੱਛੀ ਹੈ ਫੌਜੀ ਭਾਈ ਕਿਉਂ ਸਿਹਤ ਵਾਸਤੇ ਐਂ ਅੱਛੀ ਹੈ ਨਾ ਜੀ ਇਹ ਤਾਜ਼ੀਆਂ ਗਾਜਰਾਂ ਲੈਂਦੀਆਂ ਨੇ ਮੈਂ ਚਲੋ ਫਾਇਦਾ ਉਠਾ ਹੀ ਲਈਏ ਜਾਂਦੇ ਜਾਂਦੇ ਚਲੋ ਗਾਜਰਾਂ ਘਰ ਪਈਆਂ ਰਹਿਣਗੀਆਂ ਗਾਜਰਾਂ ਤੁਹਾਨੂੰ ਪਤਾ ਇਹਦਾ ਸੀਜ਼ਨ ਹੈ ਤੇ ਛੋਟਾ ਵੇਚ ਰਿਹਾ ਉੱਥੇ ਛੱਲੀਆਂ ਦਿਲ ਕੀਤਾ ਸੁਬਹ ਸੁਬਹ ਫਿਰ ਅਸੀਂ ਵੀ ਛੱਲੀ ਖਾ ਲਈਏ ਅਸੀਂ ਇੱਥੋਂ ਲੈਣੀ ਹੈ ਛੱਲੀ ਨਿੱਕੇ ਕੋਲੋਂ ਨਿੱਕਾ ਭੋਣ ਰਿਹਾ ਵਧੀਆ ਜੀ ਛੱਲੀਆਂ ਮੈਂ ਸਾਡਾ ਵੀ ਜਿਹੜਾ ਵੇਚਣ ਆਉਂਦੇ ਕੋਈ ਮਰੀਦ ਵੇਚ ਰਿਹਾ ਕੋਈ ਛੱਲੀਆਂ ਕੋਈ ਸਬਜ਼ੀ ਇਹ ਵੇਖ ਲਓ ਗਰਮਾ ਗਰਮ ਛੱਲੀ ਉਹ ਵੀ ਨਿੱਕਾ ਭੁੰਨ ਰਿਹਾ ਵੇਖ ਲਓ ਮਾਸ਼ਾਅੱਲਾ ਜੀ ਛੱਲੀ ਹੋ ਗਈ ਸਾਡੀ ਤਿਆਰ ਨਮਕ ਛੰਡ ਦੇ ਬਾ ਕਾਇਆ ਖੈਰ ਹੈ ਮੈਂ ਜੀ ਜਨਾਬ ਸਾਹਿਬ ਆ ਚੋਂ ਛੱਲੀ ਖਵਾਈਏ ਕੀ ਹਾਲ ਹੈ ਠੀਕ ਠਾਕ ਵਧੀਆ ਹੋ ਤਬੀਅਤ ਵੀ ਠੀਕ ਹੈ ਠੰਡੀ ਸਾਡੇ ਕੋਲ ਹੈ ਜ਼ਰਾ ਗਰਮ ਥੋੜ੍ਹੀ ਠੰਡੀ ਕਰਕੇ ਖਾਵਾਂਗੇ ਨਹੀਂ ਤਾਂ ਬੂਹ ਗੁਜ਼ਰੇ ਸੀ ਸਾਈਕਲ ਤੋਂ ਤਾਂ ਮੈਂ ਚਲੋ ਜੀ ਇਹਨਾਂ ਕੋਲ ਪੁੱਛਿਆ ਜਾਂਦਾ ਅਸੀਂ ਵੀ ਛੱਲੀ ਖਾ ਹੀ ਲਾਂਗੇ ਮੈਂ ਥੋੜ੍ਹੀ ਜਿਹੀ ਖਾਣੀ ਹੈ ਜ਼ਿਆਦਾ ਤਾਂ ਖਾਣੀ ਨਹੀਂ ਸੀ ਚਲੋ ਅੱਧੀ ਗਈ ਅੱਬੂ ਨੂੰ ਦੇਵਾਂਗੇ ਤਾਂ ਅਸੀਂ ਕੋਈ ਸੌਦਾ ਲੈਣਾ ਸੀ ਮੱਛੀ ਲੈਣ ਵਾਸਤੇ ਆਏ ਅਸੀਂ ਅੱਬੂ ਵਾਸਤੇ ਜੀ ਰਾਣਾ ਸਾਹਿਬ ਹਾਂਜੀ ਬਿਲਕੁਲ ਜਨਾਬ ਭਾਈ ਸਾਹਿਬ ਉਹਦਾ ਵਾਸਤੇ ਮੱਛੀ ਲੈਣੀ ਹੈ ਤਾਂ ਲੈ ਜਾਂਦਾ ਸਾਹਿਬ ਤੁਸੀਂ ਨਹੀਂ ਕੋਈ ਚੀਜ਼ ਖਾਣੀ ਨਹੀਂ ਨਹੀਂ ਮੈਂ ਕੋਈ ਚੀਜ਼ ਨਹੀਂ ਖਾਣੀ ਜਿਹੜੇ ਤੁਸੀਂ ਕੋਈ ਨਹੀਂ ਖਾਣੀ ਤੇ ਮੈਂ ਵੀ ਕੋਈ ਨਹੀਂ ਖਾਣੀ ਰਾਣਾ ਨੂੰ ਭੁੱਖ ਨਹੀਂ ਲੱਗਦੀ ਬਾਜ਼ਾਰ ਆਉਂਦੇ ਇਹਨਾਂ ਨੂੰ ਭੁੱਖ ਲੱਗਦੀ ਨਹੀਂ ਬਿਲਕੁਲ ਭੁੱਖ ਲੱਗੀ ਵੀ ਹੋਵੇ ਤੁਹਾਨੂੰ ਕਿਹੜੀ ਗੱਲ ਦੱਸੀ ਜੀ ਇਹਨਾਂ ਦੋਵਾਂ ਭਰਾਵਾਂ ਜਿਹੜੀ ਸੇ ਖਾਣੀ ਰਲ ਕੇ ਖਾਣੀ ਬਿਲਕੁਲ ਅਸੀਂ ਰਲ ਕੇ ਖਾਣੀ ਅੱਜ ਅਸੀਂ ਮੱਛੀ ਨਹੀਂ ਖਾਣੀ ਅੱਬੂ ਵਾਸਤੇ ਲੈ ਕੇ ਜਾ ਰਹੇ ਹਾਂ ਬਿਲਕੁਲ ਤੇ ਮੱਛੀ ਪੁਆਇੰਟ ਇੱਕ ਹੀ ਹੈ ਜ਼ਬਰਦਸਤ ਸਿਲਾਂ ਦੀ ਤੇ ਮਾਸ਼ਾਅੱਲਾ ਬੜੀ ਵਧੀਆ ਜੀ ਨਾਲ ਬਣਾਉਂਦਾ ਸਾਂ ਚੜਗਾ ਆਓ ਸਾਂ ਜੀ ਮੱਛੀ ਪੁਆਇੰਟ ਸਿਰਾਂ ਦੇ ਤੇ ਭਾਈ ਇੱਥੇ ਹੀ ਹੁੰਦੇ ਨੇ ਇਹ ਵੇਖ ਲਓ ਸ਼ਾਮ ਦਾ ਸੀਨ ਹੈ ਸ਼ਾਮ ਦੇ ਟਾਈਮ ਅਸੀਂ ਇੱਥੇ ਖਲੋਤੇ ਹਾਂ ਮੱਛੀ ਲੈਣ ਵਾਸਤੇ ਬੜੀ ਵਧੀਆ ਜੀ ਇਹ ਵੇਖ ਲਓ ਰਸ਼ ਬੜਾ ਹੁੰਦਾ ਇੱਥੇ ਬਾਜ਼ਾਰ ਸ਼ਾਮ ਦੇ ਟਾਈਮ ਅਸੀਂ ਸਪੈਸ਼ਲੀ ਮੱਛੀ ਇਹਨਾਂ ਕੋਲ ਲੈਣ ਆਏ ਅੱਗੇ ਵੀ ਲੈ ਕੇ ਗਏ ਸੀ ਤੇ ਹੁਣ ਫਿਰ ਦੁਬਾਰਾ ਆਏ ਇਹਨਾਂ ਕੋਲ ਆਪਣੀ ਬਰਗਰ ਤਾਂ ਦੇ ਦੇ ਹਾਂਜੀ ਇੱਥੇ ਹੀ ਵੇਖ ਲੈ ਸ਼ਰਮਾਣ ਲੱਗ ਜਾਂਦਾ ਕਿਉਂ ਸ਼ਰਮਾਣ ਲੱਗ ਜਾਂਦਾ ਬਾਈ ਇਹ ਨਿੱਕਾ ਆਪਣਾ ਜੀ ਇਹਦਾ ਵੀ ਨਾਂ ਤਨਵੀਰ ਹੈ ਤੇ ਮੇਰਾ ਵੀ ਨਾਂ ਤਨਵੀਰ ਹੈ ਜੀ ਇਹਦੀ ਅੰਮੀ ਨੇ ਮੇਰੇ ਨਾਂ ਤੇ ਇਹਨਾਂ ਦਾ ਨਾਂ ਰੱਖਿਆ ਸੀ ਤਾਜ਼ਾ ਤਾਜ਼ਾ ਮੱਛੀ ਕੱਟੀ ਜਾ ਰਹੀ ਹੈ ਸਾਡੀ ਤੇ ਉੱਧਰ ਪੱਕ ਰਹੀ ਹੈ ਤੇ ਭਾਈ ਹੋਰ ਵੇਖ ਲਓ ਵਧੀਆ ਜੀ ਮੱਛੀ ਬਣਾਉਂਦੇ ਨੇ ਇੱਥੇ ਇਹ ਵੇਖ ਲਓ ਸਾਹਮਣੇ ਮੱਛੀ ਲੈ ਲਓ ਚਿਕਨ ਲੈ ਲਓ ਜਿਹੜੀ ਸ਼ਾਇਦ ਮਰਜ਼ੀ ਲੈ ਲਓ ਜੀ ਵਧੀਆ ਵਧੀਆ ਇਹਨਾਂ ਕੋਲ ਹੁੰਦੀ ਹੈ ਗਰਮਾ ਗਰਮ ਸਾਡੀ ਮੱਛੀ ਵੀ ਤਿਆਰ ਹੋਈ ਭਾਈ ਹੋਰ ਇੱਥੇ ਸਟੀਮ ਕੀਤੀ ਹੈ ਜ਼ਬਰਦਸਤ ਜੀ ਬੈਗ 'ਚ ਪਾ ਰਹੇ ਨੇ ਮੱਛੀ ਲਾ ਦੀ ਹੁਣ ਚੱਲਦੇ ਹਾਂ ਘਰ ਫਿਰ ਬਹਿ ਕੇ ਅੱਬੂ ਅੱਬੂ ਜੀ ਉਹਨਾਂ ਦਿੰਦੇ ਆ ਖਾਂਦੇ ਨੇ ਉਹਦੇ ਮੈਂ ਤਾਂ ਖਾਣੀ ਕੋਈ ਨਹੀਂ ਕੋਈ ਆਮ ਦਾ ਟਾਈਮ ਹੈ ਜੰਪ ਵੀ ਬੜੇ ਲੱਗ ਰਹੇ ਨੇ ਮਾਸ਼ਾਅੱਲਾ ਉਮੀਦ ਹੈ ਡਰਾਈਵਰ ਲੈ ਹੀ ਜਾਏਗਾ ਘਰ ਤੱਕ ਹੋ ਗਿਆ ਅਸੀਂ ਅਸੀਂ ਆਸਤਾ ਆਸਤਾ ਘਰ ਦੀ ਤਰਫ ਜਾ ਰਹੇ ਹਾਂ ਕੈਮਰੇ 'ਚ ਲਾਈਟ ਹੀ ਲੱਗ ਰਹੀ ਹੋਣੀ ਕਿਉਂ ਸਾਹਿਬ ਜੀ ਜੀ ਹਾਂਜੀ ਮਾਸ਼ਾਅੱਲਾ ਜੀ
ਅਜ਼ਾਨਾਂ ਸ਼ੁਰੂ ਹੋ ਗਈਆਂ ਜੀ, ਸ਼ਾਮ ਦੀ ਅਜ਼ਾਨਾਂ ਵੀ ਹੋ ਗਈਆਂ ਨੇ, ਅਸੀਂ ਥੋੜਾ ਲੇਟ ਹੋ ਗਏ ਆ ਜੀ। ਦੇ ਦਿੱਤਾ ਕੰਡੇ ਤੱਕ ਹੀ ਖਾਏ, ਕੰਡੇ ਕੱਢੀ ਜਾਣਾ ਜੇ ਕੰਡੇ ਕੱਢੀ ਜਾਣਾ ਵਾਲੇ ਵਾਲਾ ਹੈ ਇਹ ਨਾ ਹੋਇਆ, ਕੰਡਾ ਕੰਮ ਖਰਾਬ ਹੈ, ਮੱਛੀ ਤੇ ਸਵਾਦ ਲਈ ਹੈ ਪਰ ਕੰਡੇ ਨਾ, ਕੰਡੇ ਕੋਈ ਨਹੀਂ ਅੱਲਾ ਦੱਸੀ ਦਾ। ਅੱਛਾ ਹੁਣ ਪਠਾਣੇ ਗਿਆ ਸੀ ਨਾ, ਅਸੀਂ ਕੰਡੇ ਕੱਢੀ ਕੇ ਦਿਆ ਗਾ, ਅਸੀਂ ਫਿਰ ਕਾਰ ਕੇ ਜੋ ਕੰਡੇ ਕੱਢੀ ਕੇ ਮੈਂ ਕਿ ਦੇ ਮੱਛੀ ਫਿਰ ਪਕਾਈ ਦੇ ਸਾਂ, ਮੱਛੀ ਠੀਕ ਹੋਣੀ ਹੈ ਸਨੇ ਨਾ, ਮੱਛੀ ਸਹੀ ਰੱਖਣਾ ਜੀ, ਇਹਨਾਂ ਦੇ ਇਹਨਾਂ ਕੋਲ ਨਹੀਂ ਹੈ ਨਾ ਨਾ, ਮੱਛੀ ਠੀਕ ਹੈ ਨਾ, ਬਣਾਉਣੇ ਭਰਾਉਣਾ ਨਾ, ਬਣਾਉਣਾ ਠੀਕ ਨਾਲ ਬੈਠੇ ਹੁਣ ਨਾ ਕਦੀ ਜਾ ਉਹਦੀਆਂ ਨੇ ਬਿਲਕੁਲ। ਚਲੋ ਜੀ ਖਾਓ, ਆਪਣਾ ਬਿਸਤਰਾ ਦਾ ਦਸਤਰਖਾਨ ਇੱਥੇ ਲਾ ਦਿੱਤਾ ਅਤੇ ਅਸੀਂ ਖਾਂਦੇ ਹਾਂ ਮੱਛੀ, ਵਧੀਆ ਜੀ, ਇੰਜੋਏ ਕਰੋ ਜੀ, ਉਮੀਦ ਕਰੋ। ਹਾਂਜੀ ਬਿਲਕੁਲ, ਤੇਲ ਨਹੀਂ ਹੁੰਦਾ ਇਸ ਮੱਛੀ 'ਤੇ, ਤਾਂ ਹੀ ਇਹਦਾ ਬੜਾ ਵਧੀਆ ਜਿਹਾ ਸਵਾਦ ਹੈ, ਸਟੀਮ ਕਰਕੇ ਬਣਾਉਂਦਾ ਬੜੀ ਵਧੀਆ ਜੀ। ਅਤੇ ਠੀਕ ਹੈ ਜੀ, ਉਮੀਦ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ, ਨਹੀਂ ਵੀ ਆਈ ਹੋਣੀ ਤਾਂ ਫਿਰ ਵੀ ਲਾਜ਼ਮੀ ਵੇਖਣੀ ਜੇ, ਅਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਪਾਕਿਸਤਾਨ ਦੇ ਅੰਦਰ, ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼। ਜੇ ਮੱਛੀ ਖਾਣੀ ਹੈ ਤਾਂ ਆ ਜਾਓ, ਜੇ ਨਹੀਂ ਖਾਣੀ ਤਾਂ ਘਰ ਕੁਝ ਹੋਰ ਪਕਾ ਕੇ ਖਾ ਲਓ।